ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਵਰਿਆਣਾ ਵਿਖੇ ਗੁਰੂ ਰਵਿਦਾਸ ਭਵਨ ਮੰਦਿਰ 'ਚ ਨਿਸ਼ਾਨ ਸਾਹਿਬ ਉਤਾਰਦੇ ਸਮੇਂ ਨਿਸ਼ਾਨ ਸਾਹਿਬ ਦਾ ਲੋਹੇ ਦਾ ਪਾਈਪ ਅਚਾਨਕ ਬੈਲੈਂਸ ਵਿਗੜਨ ਕਾਰਨ ਬਿਜਲੀ ਦੀਆਂ ਤਾਰਾਂ ਨਾਲ ਜਾ ਟਕਰਾਇਆ, ਜਿਸ ਕਾਰਨ ਨਿਸ਼ਾਨ ਸਾਹਿਬ ਉਤਾਰ ਰਹੇ 8 ਵਿਅਕਤੀਆਂ ਨੂੰ ਕਰੰਟ ਲੱਗ ਗਿਆ ਅਤੇ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਦੀ ਪਹਿਚਾਣ ਬਲਵੀਰ ਚੰਦ ਵਜੋਂ ਹੋਈ ਹੈ। ਇਸ ਸੰਬੰਧੀ ਸਬ ਇੰਸਪੈਕਟਰ ਰਘਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਛੋਟਾ ਗਿਆ ਮਾਮਲਾ ਇਹ ਵੀ ਅੱਜ ਪਿੰਡ ਵਰਿਆਣਾ ਸੀਗਾ, ਉੱਥੇ ਸ਼੍ਰੀ ਗੁਰੂ ਰਵਿਦਾਸ ਭਵਨ ਮੰਦਿਰ ਵਿਖੇ ਨਿਸ਼ਾਨ ਸਾਹਿਬ ਨੂੰ ਉਤਾਰਦੇ ਵਕਤ ਜਦੋਂ ਨਿਸ਼ਾਨ ਸਾਹਿਬ ਉਤਾਰਨ ਲੱਗੇ ਅਤੇ ਉਹਦਾ ਬੈਲੈਂਸ ਵਿਗੜ ਗਿਆ। ਨਿਸ਼ਾਨ ਸਾਹਿਬ ਬਿਜਲੀ ਦੀਆਂ ਤਾਰਾਂ ਦੇ ਡਿੱਗਣ ਕਰਕੇ 7-8 ਬੰਦਿਆਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ, ਜਿਨ੍ਹਾਂ ਵਿੱਚੋਂ ਇੱਕ ਬਲਵੀਰ ਚੰਦ ਸਨ ਸ਼ੰਕਰ ਦਾਸ ਪਿੰਡ ਵਰਿਆਣਾ, ਜਿਸ ਨੂੰ ਜ਼ਿਆਦਾ ਕਰੰਟ ਲੱਗ ਗਿਆ, ਜਿਸ ਦੀ ਮੌਤ ਹੋ ਗਈ ਹੈ। ਅਤੇ ਜੋ ਜਿਹੜੇ ਬਾਕੀ ਜਿਹੜੇ 5-6 ਬੰਦੇ ਹੋਰ ਜ਼ਖਮੀ ਹਨ, ਉਹਨਾਂ ਵਿੱਚੋਂ 4 ਬੰਦੇ ਦਾ ਸੈਕਟਰ ਦਾ ਹਰ ਹਸਪਤਾਲ ਮਕਸੂਦਾਂ ਦਾਖਲ ਹਨ, ਇੱਕ ਜੰਮੂ ਹਸਪਤਾਲ ਜਲੰਧਰ ਦਾਖਲ ਹੈ, ਇੱਕ ਸਿਵਲ ਹਸਪਤਾਲ ਜਲੰਧਰ ਦਾਖਲ ਹੈ। ਇਹ ਮਾਮਲਾ ਅਚਾਨਕ ਸਾਹਿਬ ਨੂੰ ਹੋਇਆ, ਪਿੰਡ ਵਾਲਿਆਂ ਨੇ ਦੱਸਣ ਦੇ ਮੁਤਾਬਕ ਮੌਕੇ 'ਤੇ ਜਾ ਕੇ ਦਰਿਆਫਤ ਕੀਤੀ ਹੈ।